वाहेगुरु जी का खालसा, वाहेगुरु जी की फतेह। अज आप जी नूं बहुत वड्डे एक इतिहासक स्रोत दे नाल जोड़न जा रहे हैं। असी उस घर विच पहुंचे हैं जिस घर विच एक रात धन धन गुरु गोबिंद सिंह जी पूरा परिवार ते माता सुंदर कौर जी, माता साहिब कौर जी, बाबा अजीत सिंह जी, बाबा जोरावर सिंह जी, बाबा फतेह सिंह जी, सारा परिवार इस घर दे विच रुके असी इत्थे इशनान किया सीगा। ते होर बड़ी बख्शिश इत्थे जिहड़ी है वह भी आप जी नूं जुड़ा दसांगे, जिहड़ी कि अज तो कुछ साल पहला तां विदेशों तो भी संगत इत्थे आके इत्थे दा जल दे नाल अपनियां बीमारियां ठीक करदी सी। ਇਹ ਇੱਥੇ ਦੀ ਬਹੁਤ ਵੱਡੀ ਪ੍ਰਚਲਿਤ ਹੈ ਅਤੇ ਉਹ ਇਤਿਹਾਸ ਦੇ ਨਾਲ ਸਾਂਝ ਪਾਉਣੀ ਹੈ ਜੀ ਆਪਾਂ ਆਪ ਜੀ ਦੇ ਨਾਲ। ਆ ਜੀ ਇਹਨੂੰ ਇੱਕ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਜੀ। ਇਹ ਪੌੜੀ ਦੇ ਥੱਲੇ ਖੂਹ ਹੈ, ਪੌੜੀ ਦੇ ਥੱਲੇ ਆ ਗਿਆ ਜੀ ਖੂਹ, ਹੁਣ ਪੌੜੀ ਦੇ ਥੱਲੇ ਖੂਹ ਹੈਗਾ ਜੀ। ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਸ ਘਰ ਵਿੱਚ ਦੇਵੀਦਾਸ ਦੇ ਪਰਿਵਾਰ ਦੇ ਵਿੱਚ ਖੜ੍ਹੇ ਹਾਂ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਸ ਪਰਿਵਾਰ ਦਾ ਬਹੁਤ ਹੀ ਪਿਆਰ ਸੀ। ਮਾਤਾ ਦਾ ਤਾਂ ਇੰਨਾ ਪਿਆਰ ਸੀ ਕਿ ਅੱਜ ਅਸੀਂ ਕਹਿੰਦੇ ਹਾਂ ਸਾਡੇ ਘਰ ਕਲਗੀਧਰ ਪਾਤਸ਼ਾਹ ਸਾਡੇ ਘਰ ਆਉਣ 'ਤੇ ਮਹਾਰਾਜ ਜੀ ਆਪ ਇਸ ਘਰ ਦੇ ਵਿੱਚ ਇੱਕ ਰਾਤ ਰੁਕ ਕੇ ਫਿਰ ਇੱਥੋਂ ਕੁਰਸ਼ੇਤਰ ਨੂੰ ਗਏ ਸੀਗੇ। ਇਹ ਤਕਰੀਬਨ ਸਾਰੇ ਗ੍ਰੰਥਾਂ ਦੇ ਵਿੱਚ, ਗ੍ਰੰਥਾਂ ਦੇ ਮੈਂ ਨਾਮ ਵੀ ਆਪ ਜੀ ਨੂੰ ਦੱਸਾਂਗਾ, ਉਹਨਾਂ ਗ੍ਰੰਥਾਂ ਦੇ ਵਿੱਚ ਇਹ ਇਤਿਹਾਸ ਲਿਖਿਆ ਹੋਇਆ। ਅਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਥੋੜ੍ਹੇ ਜਿਹੇ ਇਤਿਹਾਸ ਦੀ ਆਪ ਜੀ ਸਾਂਝ ਪਾਇਓ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਦੇ ਇਤਿਹਾਸ ਇਹ ਹੈ ਕਿ ਜਦੋਂ 1702 ਈਸਵੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਰਸ਼ੇਤਰ ਨੂੰ ਗਏ ਤਾਂ ਪੰਡਿਤ ਜੀ ਦੇਵੀਦਾਸ ਦੇ ਘਰ ਇਸ ਅਸਥਾਨ ਦੇ ਉੱਤੇ ਜੋ ਕਿ ਰੋਪੜ ਚੂੜੀ ਬਾਜ਼ਾਰ ਦੇ ਵਿੱਚ ਸਥਿਤ ਹੈ, ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪੂਰੇ ਪਰਿਵਾਰ ਦੇ ਸਮੇਤ ਦੇਵੀਦਾਸ ਦੇ ਘਰ ਇੱਕ ਰਾਤ ਰੁਕੇ ਸਨ ਅਤੇ ਪੂਰੇ ਪਰਿਵਾਰ ਨੇ ਰਲ ਮਿਲ ਕੇ ਸੇਵਾ ਕੀਤੀ ਅਤੇ ਇੱਥੇ ਇਸ਼ਨਾਨ ਕੀਤਾ, ਜੋ ਕਿ ਉਸ ਸਮੇਂ ਦਾ ਮਹਾਰਾਜ ਦੇ ਸਮੇਂ ਦਾ ਜੋ ਖੂਹ ਹੈ ਉਹ ਅੱਜ ਵੀ ਮੌਜੂਦ ਹੈ। ਭਾਵੇਂ ਉਹ ਖੂਹ ਬੰਦ ਹੋ ਚੁੱਕਾ ਹੈ ਪਰ ਉਹ ਖੂਹ ਉਸੇ ਤਰ੍ਹਾਂ ਅੱਜ ਵੀ ਮੌਜੂਦ ਹੈ, ਜੋ ਕਿ ਸੰਗਤਾਂ ਨੂੰ ਦਰਸ਼ਨ ਕਰਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਸਾਰੀਆਂ ਗਵਾਹੀਆਂ ਨੇ ਜੀ, ਸ੍ਰੀ ਗੁਰੂ ਤੀਰਥ ਸੰਗ੍ਰਹਿ ਰੋਪੜ ਸ਼ਹਿਰ, ਇੱਕ ਗੁਰਦੁਆਰਾ ਸਿੱਖ ਪਾਮਟੇ ਜਾਤੇ ਤਥਾ ਕੁਰਸ਼ੇਤਰ ਜਾਤੇ ਹੋਏ ਜਹਾਂ ਰਹੇ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਵੀ ਇਹ ਜਗ੍ਹਾ ਦਾ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੁਰਸ਼ੇਤਰ ਜਾਂਦੇ ਹੋਏ ਇੱਥੇ ਬਰਾਜੇ ਸਨ। ਸ਼੍ਰੀ ਗੁਰਦੁਆਰੇ ਦਰਸ਼ਨ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਰੋਪੜ ਸਾਹਿਬ ਸ੍ਰੀ ਪੌਂਟਾ ਸਾਹਿਬ ਨੂੰ ਜਾਂਦੇ ਹੋਏ ਮਹਾਰਾਜ ਜੀ ਇੱਥੇ ਇੱਕ ਰਾਤ ਰੁਕੇ ਸੀ। ਗੁਰਧਾਮ ਸੰਗ੍ਰਹਿ ਪੰਨਾ ਨੰਬਰ 141 ਰੋਪੜ ਦੇ ਵਿੱਚ ਵੀ ਦਰਜ ਹੈ ਕਿ ਦੇਵੀਦਾਸ ਪੰਡਿਤ ਦੇ ਘਰ ਉਤਰੇ ਸੀ ਜਦ ਕੁਰਸ਼ੇਤਰ ਤੋਂ ਆਏ ਸੀ। ਇਹਦੇ ਵਿੱਚ ਆਏ ਦੱਸਦੇ ਨੇ ਇਹ ਹੁਣ ਪੰਡਿਤ ਰਾਜਾ ਰਾਮ ਹੈ, ਉਹ ਚੁਬੱਚਾ ਉੱਥੇ ਜਿਸ ਵਿੱਚ ਗੁਰੂ ਜੀ ਦੇ ਇਸ਼ਨਾਨ ਦਾ ਜਲ ਪਿਆ ਸੀ, ਬਲਕਿ ਬਾਲਕਾਂ ਦੀ ਪਕਲੂਤ ਦੀ ਬਿਮਾਰੀ ਪਰ ਉੱਥੋਂ ਦਾ ਚਿੱਕੜ ਲਾਇਆ ਜਾਂਦਾ। ਇਹ ਬੜੀ ਵੱਡੀ ਗੱਲ ਹੈ ਕਿ ਇੱਕ ਬਿਮਾਰੀ ਹੁੰਦੀ ਹੈ ਪਕਲੂਤ ਦੀ, ਲੂਤ ਦੀ ਬਿਮਾਰੀ ਵੀ ਕਹਿ ਦਿੰਦੇ ਨੇ। ਅੱਜ ਤੱਕ ਵੀ ਇਹ ਪਰਿਵਾਰ ਦਾ ਦੱਸਣਾ ਕਿ ਆਪਦੀ ਜਿਹੜੀ ਲੂਤ ਦੀ ਬਿਮਾਰੀ ਹੁੰਦੀ ਹੈ ਉਹ ਕਿੱਦਾਂ ਠੀਕ ਹੁੰਦੀ ਹੈ, ਕਿਵੇਂ ਪਾਣੀ ਲਗਾ ਕੇ ਅੱਜ ਵੀ ਤੁਹਾਡੇ ਕੋਲ ਹੁਣ ਵੀ ਆਉਂਦੇ ਨੇ? ਬਹੁਤ ਆਉਂਦੇ ਨੇ। ਪਤਾ ਮਹਾਰਾਜ ਨੂੰ ਬਹੁਤ ਦੇਦੇ ਉਧਰ ਤੇ। ਆਪ ਜੀ ਦਾ ਸ਼ੁਭ ਨਾਮ ਜੀ? ਰਜੇਸ਼ ਸ਼ਰਮਾ ਜੀ। ਰਜੇਸ਼ ਸ਼ਰਮਾ ਜੀ, ਤੇ ਅੱਜ ਇਹ ਤਿੰਨ ਭਰਾਵਾਂ ਦੇ ਕੋਲ ਇਹ ਘਰ ਹੈਗਾ। ਤੇ ਉਹ ਚਬੱਚਾ ਤਾਂ ਹੁਣ ਮੈਨੂੰ ਲੱਗਦਾ ਨਹੀਂ ਹੈਗਾ, ਜਿਹੜੇ ਚਬੱਚਾ ਸੀਗਾ ਨਾਲੀ ਦਾ ਮਹੱਤਵ ਹੈ, ਉਹ ਵੀ ਪੁਰਾਣੀਆਂ। ਤੇ ਉਹ ਖੂਹ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ ਜੀ, ਇਹ ਪੁਰਾਣੀਆਂ ਇੱਟਾਂ ਦਾ ਘਰ ਬਣਿਆ ਹੋਇਆ। ਇਹ ਸਰਹੰਦੀ ਇੱਟਾਂ ਦਾ ਘਰ ਬਣਿਆ ਹੋਇਆ ਜੀ। ਇਹ ਖੂਹ ਹੈ ਜੋ ਇਸ ਟਾਈਮ ਤਾਂ ਖੂਹ ਇਹ ਬੰਦ ਹੈ।
हाँ आ सारा जेड़ा मोपरा थले आ सारा खूह है ये सारा खूह है जी ये सारी खूह वाली जगह जी थले पाई हुई है ठीक है जी हां हां दिखती है ना सही है हां सारी ये खूह दी गोलाई गोलाई ये गोलाई खूह दी है जी सो ये सारी जेड़ी गोलाई है इथे खूह हैगा पर हुन खूह बंद है जल्दी ही ये संगतां दे सहयोग दे नाल सुरेंद्र सिंह जी खालसा खजूरले वाले जिन्हां दी बहुत सालां दी मेहनत है जिन्हां ने इतिहास दी खोज कीती है लगे रहे ने उन्हां दी भी सोच यही है परिवार दी भी सोच यही है कि ये संगत दे कोल घर आवे पर उहदे लई परिवार परिवार दे लई भी सोचना पैना सब तों वड्डी गल तां इही है ते जल्दी ही क्योंकि अज भी मतलब कि खूह तो अंदर है लेकिन अज भी लोगों की एक मानता नाल जुड़ी हुई है कि शरीर के उत्ते कुछ जड़िया स्किन प्रॉब्लम होंगी है वो इतों मतलब कि बाहरों घर के बाहरों ही जल लेके चले जाते हैं तो अपने शरीर के उत्ते जल लाउंदियां ने संगतां ये भी इतने एक मानता है बहुत वड्डी पर अगर जे डायरेक्ट आना हो घर नहीं आ सकते उहदा कारण कि बहुत अंदर बाजार दे विच भी है दूजा एक परिवार भी वसदा इत्थे आपां वार वार किसी दे घर जाना क्योंकि अपने परिवार की प्राइवेसी हुंदी है पर गुरु कृपा करन जी जल्दी ही जदों महाराज कृपा करनगे परिवार का की कहना है इहदे संबंधी इस अस्थान नूं लैके वह जरूर क्योंकि एक यही माध्यम है यही रस्ता है ये संगतां तक गल पहुंचे संगत विच रब वसदा परमात्मा वसदा है ਕਿਵੇਂ ਆਪਣੇ ਸਥਾਨਾਂ ਦੀ ਜਿਹੜੀ ਅੱਗੇ ਸੰਭਾਲ ਹੋ ਸਕਦੀ ਹੈ ਕੀ ਹੋ ਸਕਦਾ ਹੈ ਉਹ ਆਪਾਂ ਪਰਿਵਾਰ ਦੇ ਨਾਲ ਜ਼ਰੂਰ ਸਾਂਝ ਪਾਵਾਂਗੇ ਤਾਂ ਕਿ ਅਸੀਂ ਪਰਿਵਾਰ ਕਿਉਂਕਿ ਇਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਕਿਰਪਾ ਗੁਰੂ ਸਾਹਿਬ ਦੀ ਜਦੋਂ ਇੱਕ ਪਰ ਮੈਂ ਆਪਣੇ ਗੱਲ ਆਵਾਂ ਕਿ ਮੈਂ ਆਪਣੇ ਘਰ ਵਿੱਚ ਰਹਾਂ ਅਤੇ ਵਾਰ ਵਾਰ ਸੰਗਤ ਆਵੇ ਪਰਿਵਾਰ ਦਾ ਆਪਣਾ ਉੱਠਣਾ ਪਰਿਵਾਰ ਦਾ ਆਪਣਾ ਬੈਠਣਾ ਹਰ ਇੱਕ ਨੇਮ ਬਣਿਆ ਹੁੰਦਾ ਨਹੀਂ ਭੈਣ ਜੀ गेट करके कह रहे आ रहे हैं आ रहे हैं अपना सारा ठीक कराया लॉकडाउन तो पहला हो सके अहूँ कहने ठीक कराना बच्चे उपरों मिट्टी गिरती है सारी लेकिन इस संगता ने सोचना हुंदा परिवार वाले भी कि अगर आपां रोजाना लाइनां लगियां रहणगियां तां परिवार नूं भी बड़ा मुश्किल हुंदा है बाकी रही खूह दी गल गुरु कृपा करे जल्दी ही खूह जिहड़ा है वह चालू हो जाएगा उहदे विच आपां इन्ना क तां कर सकदे आं भी खूह चालू हो जाए तुसीं भी पानी वरतो जल पानी तां कह नहीं सकदे पानी तां कह नहीं सकदे तुसीं भी जल नूं वरतो ठीक है ना जी क्योंकि जे तुहाडी परिवार की आस्था बनी हुई है ਜੇ ਤਿੰਨ ਪਰਿਵਾਰ ਹੈਗੇ ਆ ਤਿੰਨਾਂ ਦੇ ਵਿੱਚ ਖੂਹ ਦਾ ਲੱਗ ਜਾ ਆਪਾਂ ਬਾਹਰੋਂ ਵੀ ਤਾਂ ਪਾਣੀ ਲੈਣੀ ਹੈ ਜੀ ਬਾਹਰਲਾ ਪਾਣੀ ਆਉਂਦਾ ਉਹ ਪਾਣੀ ਕਹਿ ਲਈਏ ਤੇ ਆਪਾਂ ਕਹਿ ਲਈਏ ਵੀ ਤੁਸੀਂ ਘਰ ਵਿੱਚ ਵੀ ਵਰਤ ਸਕਦੇ ਹੈ ਨਾ ਜੀ ਇਹ ਤਾਂ ਅੰਮ੍ਰਿਤ ਹੈ ਪਹਿਲਾਂ ਵਰਤਦੇ ਰਹੇ ਵਰਤਦੇ ਰਹੇ ਆ ਸਾਡਾ ਇਸ਼ਨਾਨ ਪਾਣ ਚਲੋ ਹੁਣ ਤਾਂ ਪ੍ਰਬੰਧ ਹੈ ਕਿ ਮੋਟਰ ਲੱਗ ਜੇ ਤੇ ਸਾਰੇ ਘਰਾਂ ਨੂੰ ਇੱਥੇ ਨੇੜੇ ਤੇੜੇ ਘਰਾਂ ਪਹਿਲਾਂ ਇਹ ਨਾ ਮੇਰਾ ਬਾਥਰੂਮ ਸੀ ਬਣਾਇਆ ਅੱਛਾ ਅੱਛਾ ਜੀ ਫਿਰ ਸਾਧ ਸਿੰਘ ਦੰਦ ਜੀ ਮੇਰੇ ਮਨ ਨੂੰ ਬੜਾ ਹੁੰਦਾ ਸੀ ਵੀ ਯਾਰ ਅਸੀਂ ਉਰੇ ਨਹਾਉਂਦੇ ਆ ਚੰਗਾ ਨਹੀਂ ਮੈਂ ਫਿਰ ਆਪਣਾ ਨਵਾਂ ਹੁਣ ਇੱਧਰ ਹੀ ਬਣਾਇਆ ਬਹੁਤ ਵੱਡੀ ਬਹੁਤ ਚੰਗੀ ਗੱਲ ਮੈਂ ਕਿਹਾ ਯਾਰ ਇੱਧਰ ਸੁੱਚਮ ਰੱਖੀ ਹੈ ਬਿਲਕੁਲ ਬਿਲਕੁਲ ਠੀਕ ਹੈ ਵੀ ਅਸੀਂ ਉਰੇ ਦੇਖੋ ਸਿੰਘ ਦੰਦ ਜਿੰਨੀ ਤੁਹਾਡੇ ਸੁੱਚਮ ਰੱਖਦੇ ਵਧੀਆ ਬਹੁਤ ਵਧੀਆ ਗੱਲ ਆ ਵੀ ਉਹ ਸਥਾਨ ਨੂੰ ਇਹਦੇ ਵਿੱਚ ਭਲਾ ਤੁਹਾਡਾ ਵੀ ਭਲਾ ਇਹਦੇ ਵਿੱਚ ਸੋ ਜੀ ਇਹ ਸਥਾਨ ਰੋਪੜ ਦੇ ਵਿੱਚ ਹੈ ਰੋਪੜ ਦੇ ਵਿੱਚ ਸ਼ਹਿਰ ਦੇ ਅੰਦਰ ਹੈ ਚੂੜੀ ਬਾਜ਼ਾਰ ਦੇ ਵਿੱਚ ਪਰ ਫਿਰ ਮੈਂ ਬੇਨਤੀ ਕਰਾਂ ਕਿ ਆਪ ਜੀ ਅਗਰ ਮਿਲਣਾ ਚਾਹੁੰਦੇ ਹੋ ਤਾਂ ਸਰਦਾਰ ਕਰਮਜੀਤ ਸਿੰਘ ਜੀ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਆਪਣੇ ਨੰਬਰ ਤੁਸੀਂ ਬੋਲ ਦਿਓ ਜੀ 88725 93681 ਅਤੇ ਵੀਰ ਜੀ ਦਾ ਬਿਲਕੁਲ ਉੱਥੇ ਨਾਲ ਹੀ ਸਾਈਕਲਾਂ ਦੀ
ना अपना साउंड सिस्टम दी है नी, साउंड सिस्टम दा इन्हां दा अपनी एक वर्कशॉप हैगी है छोटी जी। महाराज ने कृपा की है कि पिछे जे काफ़ी साल पहला आप जी ने सुनिया भी होगा कि ब्लास्ट हो गया सीगा जिहदे विच भाई साहब जी की बाँह भी चली गई सीगी, पर महाराज ने फिर भी हाथ दे के बचा के रखिया, जुड़े हुए ने सेवा दे नाल। सो संगत जी असी यही कि जिथे मेहनत कीतिया ने साढ़े पुरातन ग्रंथा दे विच, मैं आप जी पिछे वीडियो देखो नाम बोले ने सुरेंद्र सिंह जी खजूरला जिन्ह की मेहनत है उत्थे परिवार की अज आस्था भी बनी हुई है, तो असी सारियां नू सोचना चाहिए तो गुरु कृपा करे खूह का भी जिनी जल्दी हो सकता है तो महाराज कृपा करन जी इहदा जल संगतां लई, ते क्योंकि एक धरोहर है तो संगतां लई ते आने वाले सिखां लई ते परिवार दे लई भी। हुण बाहरों टूटी ला के जल वरतदे ने, उह मोटर लगी हुई है नी जी, तो सौखा ही हो जाऊगा कि बाहरों पानी का घर ही पानी चलो इन्ना तो हो जाऊगा भी पानी जिहड़ा खूह है ओ चालू हो जाऊगा, कोई वड्डी गल है ही नहीं है खूह चालू होना, तो किसी ना किसी वीर ने सेवा लै लेनी है तो जल्दी ही यह खूह जिहड़ा है वह चालू गुरु महाराज जी करा देणगे जी। सो इन्नियां क बेनतियां प्रवान करनियां जी। होर ऐसे बड़े स्थान खोज विचार चैनल के उत्ते फेसबुक के उत्ते ते नाल दी नाल इतिहास खोज विचार यूट्यूब के उत्ते ते सिख डिस्कवरी जिहड़ियां लाइव वीडियो हुंदियां ने उह सिख डिस्कवरी के उत्ते असी लोड कर दिंदे आ, तुसीं यूट्यूब ते सिख डिस्कवरी पाओगे उहदे उत्ते भी आप जी नूं सारा इतिहास जिहड़ा मिल जूगा। बाकी जे इतिहास होर भी पढ़ना होवे तां ਇਹ ਜ਼ਰੂਰ ਬੁੱਕ ਤੁਹਾਨੂੰ ਮਿਲੇ ਸਾਕਾ ਚਮਕੌਰ ਸਾਕਾ ਸਰਹੰਦ ਸੁਰਿੰਦਰ ਸਿੰਘ ਜੀ ਖਾਲਸਾ ਪੋਹ ਦੀਆਂ ਰਾਤਾਂ, ਇਹ ਕਿਤਾਬ ਤਾਂ ਜ਼ਰੂਰ ਵੀਰਾਂ ਨੂੰ ਪੜ੍ਹਨੀ ਚਾਹੀਦੀ ਹੈ, ਇਤਿਹਾਸ ਬੋਲਦਾ ਹੈ। ਸੋ ਬਹੁਤ ਕੁਝ ਐਸਾ ਹੈ ਜਿਹੜਾ ਸਾਨੂੰ ਪੜ੍ਹਨ ਦੀ ਆਦਤ ਜ਼ਰੂਰ ਪਾਓ ਅਤੇ ਪੜ੍ਹੋ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਬਾਰੇ ਜਾਣੋ। ਗੁਰੂ ਮਹਾਰਾਜ ਜੀ ਸੇਵਾ ਲੈਂਦੇ ਰਹਿਣਗੇ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ 9798191313। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੁਝ ਹੋਰ ਕਹਿਣਾ ਚਾਹੁੰਦੇ? ਹਾਂ ਇੱਧਰ ਇੱਧਰ ਵੀ ਸਰਹੱਦੀ ਪੈਣਾ ਕਿਰਪਾ ਕਰਨ ਜੀ ਸਾਡੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।